ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਇੱਥੇ ਡਿਜ਼ਾਈਨ ਨੇ ਜੁੱਤੀਆਂ ਦੇ ਹੈਗੇ ਆ। ਇਹਦੇ ਉੱਤੇ ਸਾਰਾ ਪਾਕਿਸਤਾਨੀ ਪਫ ਵਰਕ ਦਾ ਵਰਕ ਕੀਤਾ ਹੁੰਦਾ, ਪ੍ਰੋਪਰ ਜਰੀ ਦੇ ਵਿੱਚ ਵਰਕ ਕੀਤਾ। ਇਹ ਦੇਖੋ ਸਾਨੇ ਐਡੀਸ਼ਨਲ ਐਡ ਕੀਤੇ ਹੋਏ ਨੇ, ਪ੍ਰੋਪਰ ਹੈਂਡਮੇਡ ਸਟਿਚਿੰਗ ਨੇ ਸਾਰੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਪਟਿਆਲੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਪਟਿਆਲੇ ਦੀਆਂ ਪੰਜਾਬੀ ਜੁੱਤੀਆਂ ਦਿਖਾਵਾਂਗੇ, ਅਤੇ ਆਪਾਂ ਪੰਜਾਬੀ ਜੁੱਤੀਆਂ ਜੀ ਲੈ ਕੇ ਵੀ ਜਾਣੀ ਹੈ, ਅਤੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀਆਂ ਪੰਜਾਬੀ ਜੁੱਤੀਆਂ ਇੱਥੋਂ ਜਿਹੜੀਆਂ ਮਿਲਦੀਆਂ ਨੇ। ਆ ਪਿੱਛੇ ਸਾਰੀ ਮਾਰਕੀਟ ਹੈ ਪਟਿਆਲੇ ਦੀ, ਅਦਾਲਤ ਬਾਜ਼ਾਰ ਦੇ ਆਪਾਂ ਨੇੜੇ ਖੜ੍ਹੇ ਹਾਂ ਪਾਰਕਿੰਗ ਦੇ ਵਿੱਚ। ਸੋ ਚੱਲਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ, ਬਣੇ ਰਹਿਓ। ਆਪਾਂ ਆ ਗਏ ਮਾਰਕੀਟ ਦੇ ਵਿੱਚ, ਇੱਥੇ ਬਹੁਤ ਸਾਰੀਆਂ ਪੰਜਾਬੀ ਜੁੱਤੀ ਵਾਲੀਆਂ ਦੁਕਾਨਾਂ ਨੇ ਅਦਾਲਤ ਬਾਜ਼ਾਰ ਦੇ ਨੇੜੇ, ਅਤੇ ਇੱਥੇ ਬਹੁਤ ਵੱਡੇ ਵੱਡੇ ਸਟੋਰ ਤੁਹਾਨੂੰ ਮਿਲ ਜਾਣਗੇ ਪੰਜਾਬੀ ਜੁੱਤੀਆਂ ਦੇ। ਆਹ ਦੇਖੋ ਜਿਵੇਂ ਇੱਥੇ ਦੋਨੋਂ ਸਾਈਡ ਦੁਕਾਨਾਂ। ਲਓ ਜੀ ਆਪਾਂ ਪਹੁੰਚ ਗਏ ਪੰਜਾਬੀ ਜੁੱਤੀਆਂ ਵਾਲੀ ਸ਼ੋਪ 'ਤੇ। ਇੱਥੇ ਦੇਖੋ ਤੁਸੀਂ ਬਹੁਤ ਸਾਰੀਆਂ ਪੰਜਾਬੀ ਜੁੱਤੀਆਂ ਨੇ, ਅਤੇ ਆਪਾਂ ਵੀ ਇੱਥੋਂ ਪੰਜਾਬੀ ਜੁੱਤੀ ਲੈ ਕੇ ਜਾਣੀ ਆ, ਅਤੇ ਹੋਰ ਤੁਹਾਨੂੰ ਸਾਰੀਆਂ ਪੰਜਾਬੀ ਜੁੱਤੀਆਂ ਇੱਥੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀਆਂ ਪੰਜਾਬੀ ਜੁੱਤੀਆਂ ਇੱਥੋਂ ਮਿਲਦੀਆਂ ਨੇ। ਆਹ ਦੇਖ ਸਕਦੇ ਹੋ ਤੁਸੀਂ ਸਾਰੀਆਂ ਪੰਜਾਬੀ ਜੁੱਤੀਆਂ ਲਾਈਆਂ ਹੋਈਆਂ ਨੇ, ਡਿਸਪਲੇ ਕੀਤੀਆਂ ਹੋਈਆਂ ਨੇ। ਆਹ ਦੇਖ ਰਹੇ ਹਾਂ ਜੁੱਤੀਆਂ ਆਪਾਂ ਵੀ, ਅਤੇ ਪਹਿਲਾਂ ਸਾਈਜ਼ ਜਿਹੜਾ ਪਾ ਕੇ ਦੇਖ ਰਹੇ ਹਾਂ, ਬਾਕੀ ਫਿਰ ਬਾਅਦ ਚੋਂ ਸਿਲੈਕਟ ਕਰਾਂਗੇ। ਠੀਕ ਆ ਸਾਈਜ਼। ਇੱਥੇ ਬਾਈ ਉਹਨਾਂ ਨੇ ਬਹੁਤ ਸਾਰੀਆਂ ਜੁੱਤੀਆਂ ਦਿਖਾਈਆਂ ਨੇ ਆਪਾਂ ਨੂੰ, ਅਤੇ ਡਿਫਰੈਂਟ ਡਿਫਰੈਂਟ ਡਿਜ਼ਾਇਨ ਨੇ ਇਹਨਾਂ 'ਤੇ। ਜਿਸ ਤਰ੍ਹਾਂ ਜੁੱਤੀ ਤੁਸੀਂ ਦੇਖ ਸਕਦੇ ਹੋ, ਇਹ 'ਤੇ ਬਹੁਤ ਸੋਹਣਾ ਜਿਹੜਾ ਡਿਜ਼ਾਇਨ ਆ ਬਣਿਆ ਹੋਇਆ। ਲਓ ਜੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੁੱਤੀਆਂ ਨੇ ਇੱਥੇ, ਆਪਾਂ ਹੋਰ ਵੀ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ। ਇਹ ਵੀ ਸਾਰਾ ਹੈਂਡ ਵਰਕ ਹੈ ਜੀ? ਹਾਂਜੀ, ਪ੍ਰੋਪਰ ਹੈਂਡ ਵਰਕ ਦਾ ਵਰਕ ਰਹੇਗਾ ਜੀ ਜਿਹੜਾ ਹੈਗਾ। ਠੀਕ ਹੈ, ਹੱਥ ਨਾਲ ਸਾਰਾ ਵਰਕ ਕੀਤਾ ਹੋਇਆ, ਨੀਮ ਜਰੀ ਦੇ ਉੱਤੇ, ਇਹਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ, ਪ੍ਰੋਪਰ ਹੈਂਡ ਵਰਕ ਰਹੇਗਾ ਜੀ ਸਾਰੀ। ਠੀਕ ਹੈ ਜੀ, ਬਾਕੀ ਜਿਵੇਂ ਆਪਾਂ ਤੁਹਾਨੂੰ ਹੋਰ ਦਿਖਾਈਆਂ ਨੇ, ਅਤੇ ਹਲੇ ਸਿਲੈਕਟ ਕਰਦੇ ਹਾਂ, ਦੇਖਦੇ ਹਾਂ ਸ਼ਾਇਦ ਆਹੀ ਸਿਲੈਕਟ ਕਰੀਏ ਜਿਹੜੀ ਆਹ ਦਿਖਾ ਰਹੇ ਹਾਂ ਆਪਾਂ। ਐਵੇਂ ਦੀਆਂ ਜੁੱਤੀਆਂ ਬਾਈ ਹੋਣੀਆਂ ਨੇ ਆਪਾਂ ਨੂੰ ਦਿਖਾਈਆਂ ਨੇ, ਅਤੇ ਇਹ ਕਿਹੜਾ ਵਰਕ ਹੋਇਆ ਹੋਇਆ ਜੀ ਉੱਪਰ ਇਹਨਾਂ ਦੇ? ਇਹ ਪ੍ਰੋਪਰ ਕੈਮਲ ਲੈਦਰ ਦੇ ਉੱਤੇ ਹੈਂਡ ਜਰੀ ਦਾ ਵਰਕ ਹੁੰਦਾ ਹੈ। ਠੀਕ ਹੈ ਜੀ, ਲੈਦਰ ਦਾ ਵਰਕ ਰਹਿਣ ਵਾਲਾ ਜੁੱਤੀ, ਨਾਲੇ ਬਹੁਤ ਹੀ ਸੋਫਟ ਐਂਡ ਐਕਸਪੀਰੀਅਰ ਕੁਆਲਿਟੀ ਦੀ ਜੁੱਤੀ ਰਹਿਣ ਵਾਲੀ। ਠੀਕ ਹੈ ਜੀ, ਤੁਸੀਂ ਮੈਂ ਸੋਫਟ ਵੀ ਕਰ ਦਿਓ, ਦੇਖ ਸਕਦੇ ਹੋ ਤੁਸੀਂ ਸੋਫਟ ਜੁੱਤੀ ਹੈ, ਕੁਆਲਿਟੀ ਜੁੱਤੀ ਦੀ ਕਾਫੀ ਸੋਫਟ ਹੈ। ਇਹਨਾਂ 'ਚ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣਗੇ, ਦੇਖੋ ਡਿਜ਼ਾਈਨ, ਡਿਜ਼ਾਈਨ ਅਤੇ ਵਰਾਇਟੀ ਕਾਫੀ ਮਿਲ ਜਾਏਗੀ। ਇਹ ਦੇਖੋ ਇਹਦੇ ਉੱਤੇ ਬਹੁਤ ਹੀ ਸੋਹਣਾ ਹੈਂਡ ਜਰੀ ਦਾ ਵਰਕ ਹੋਇਆ, ਨਾਲੇ ਮੈਟਲ ਦਾ ਵੀ ਵਰਕ ਕੀਤਾ। ਠੀਕ ਹੈ ਜੀ, ਪਿਓਰ ਕੈਮਲ ਲੈਦਰ ਦੀ ਜੁੱਤੀ ਰਹਿਣ ਵਾਲੀ। ਹੋਰ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ? ਮਤਲਬ ਹੋਰ ਆਪਣੇ ਲਵੇ ਕਾਫੀ ਵਰਾਇਟੀ ਹੁੰਦੀ ਹੈ, ਕੋਈ ਦਬਕਾ ਜੁੱਤੀ, ਅੱਜ ਕੱਲ੍ਹ ਹੀਲ ਦੀ ਵਰਾਇਟੀ ਚੱਲਦੀ ਹੈ, ਇਹਨਾਂ 'ਚ ਵੀ ਕਾਫੀ ਡਿਜ਼ਾਈਨਿੰਗ ਵਗੈਰਾ ਮਿਲ ਜਾਏਗੀ ਤੁਹਾਨੂੰ, ਪਿਓਰ ਸਿਲਪੀ ਦਾ ਵਰਕ ਰਹਿਣ ਵਾਲਾ ਇਹਦੇ ਉੱਤੇ। ਇਹ ਸਾਰਾ ਵਰਕ ਹੈਂਡ ਨਾਲ ਹੋਇਆ ਹੋਇਆ? ਪ੍ਰੋਪਰ ਹੈਂਡਮੇਡ ਵਰਕ ਆ, ਨਾਲੇ ਡਬਲ ਕੁਸ਼ਨ ਜੁੱਤੀ ਹੈ। ਠੀਕ ਹੈ ਜੀ, ਪ੍ਰੋਪਰ ਇਹਦੇ ਪਿੱਛੇ 2.5 ਇੰਚ ਦੀ ਹੀਲ ਰਹਿਣ ਵਾਲੀ। ਠੀਕ ਹੈ ਜੀ, ਇਹਨਾਂ ਦੇ ਤੁਹਾਡੇ ਸਾਈਜ਼ ਵਗੈਰਾ ਜਿਹੜਾ ਸਾਈਜ਼ ਚਾਹੀਦਾ ਉਹ ਸਾਰਾ ਸਾਈਜ਼ ਆਉਂਦਾ। ਠੀਕ ਹੈ ਜੀ, ਆਪਣੇ ਲਵੇ ਬਾਕੀ ਵਰਾਇਟੀ ਕਾਫੀ ਲੱਗੀ ਹੋਈ ਹੈ। ਹਾਂਜੀ ਹਾਂਜੀ, ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਵਰਾਇਟੀਆਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ, ਹੈ ਨਾ, ਸਾਰੀਆਂ ਡਿਸਪਲੇ ਕੀਤੀਆਂ ਹੋਈਆਂ ਨੇ।
ਇੱਥੇ ਬਹੁਤ ਸਾਰੀਆਂ ਵਰਾਇਟੀਜ਼ ਪੰਜਾਬੀ ਜੁੱਤੀਆਂ ਦੀਆਂ ਹੁਣ ਡਿਸਪਲੇ ਕੀਤੀਆਂ ਨੇ, ਅਤੇ ਇਹਨਾਂ ਸਾਰੀਆਂ ਜੁੱਤੀਆਂ ਬਾਰੇ ਦੱਸਣਗੇ ਬਾਈ ਆਪਾਂ ਨੂੰ। ਦੇਖ ਸਕਦੇ ਹਾਂ ਬਹੁਤ ਸੋਹਣੇ ਸੋਹਣੇ ਇੱਥੇ ਡਿਜ਼ਾਇਨ ਨੇ ਜੁੱਤੀਆਂ ਦੇ। ਹਾਂਜੀ ਬਾਈ ਕਰਿਓ ਐਕਸਪਲੇਨ ਜੁੱਤੀਆਂ ਬਾਰੇ। ਇਹ ਦੇਖੋ ਭਾਈ, ਇਹ ਜੁੱਤੀ ਜਿਹੜੀ ਹੈਗੀ ਹੈ ਇਹਦੇ ਉੱਤੇ ਸਾਰਾ ਪਾਕਿਸਤਾਨੀ ਪਫ ਵਰਕ ਦਾ ਵਰਕ ਕੀਤਾ ਹੁੰਦਾ, ਪ੍ਰੋਪਰ ਜਰੀ ਦੇ ਵਿੱਚ ਵਰਕ ਕੀਤਾ। ਡਬਲ ਖੁਸ਼ੀ ਜੁੱਤੀ ਰਹਿਣ ਵਾਲੀ ਹੈ, ਪਿਓਰ ਲੈਦਰ ਦੀ, ਕੈਮਲ ਲੈਦਰ ਦੀ ਜੁੱਤੀ ਰਹਿਣ। ਇੱਕ ਆਪਾਂ ਨੂੰ ਇਹ ਵੀ ਮਿਲ ਜਾਏਗੀ ਹੀਲ ਦੇ ਵਿੱਚ ਵਰਾਇਟੀ, ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਿਹਾ। ਇੱਕ ਆਪਣੇ ਲਵੇ ਨਵਾਂ ਡਿਜ਼ਾਇਨ ਲਾਂਚ ਕੀਤਾ ਆਪਾਂ, ਲੋਫਰ ਸਟਾਈਲ ਦੇ ਨਾਲ ਪ੍ਰੋਪਰ ਗਰਮੀਆਂ ਦੇ ਲਈ ਬਹੁਤ ਸੋਹਣੀ ਜੁੱਤੀ ਹੈ। ਥਰੈਡ ਵਰਕ ਦਾ ਸਾਰਾ ਵਰਕ ਕੀਤਾ ਹੋਇਆ, ਜੂਟ ਫੈਬਰਿਕ ਦੇ ਉੱਤੇ ਬਹੁਤ ਸੋਹਣਾ ਵਰਕ ਕੀਤਾ। ਇਹ ਵੀ ਡਬਲ ਕੁਸ਼ਨ ਦੇ ਵਿੱਚ ਰਹਿਣਾ। ਬਾਕੀ ਆਪਣੇ ਲਵੇ ਵਰਾਇਟੀ ਦੀ ਗੱਲ ਕਰੇ ਤਾਂ ਸਾਰੀ ਹੀ ਵਰਾਇਟੀ ਮਿਲ ਜਾਏਗੀ, ਬਹੁਤ ਤਰ੍ਹਾਂ ਦੀ ਵਰਾਇਟੀ ਆਉਣੀ ਆਪਣੇ ਲਵੇ। ਇਹ ਤਾਂ ਆਪਾਂ ਥੋੜ੍ਹੀ ਜਿਹੀ ਡਿਸਪਲੇ ਕੀਤੀ ਹੈ, ਬਾਕੀ ਤੁਸੀਂ ਦੇਖ ਸਕਦੇ ਹੋ। ਇਹ ਦੇਖੋ ਪਾਕਿਸਤਾਨੀ ਕਸੂਰੀ ਜੁੱਤੀ ਜਿਹਨੂੰ ਕਹਿੰਦੇ, ਅੱਗੇ ਵੀ ਪ੍ਰੋਪਰ ਲੈਦਰ ਦੇ ਉੱਤੇ ਵਰਕ ਕੀਤਾ ਹੋਇਆ ਅਤੇ ਬੈਕ 'ਤੇ ਵੀ ਪ੍ਰੋਪਰ ਲੈਦਰ ਦੇ ਉੱਤੇ ਵਰਕ ਕੀਤਾ ਹੋਇਆ। ਇਹਦੇ ਪਿੱਛੇ ਸਟੈਂਪ ਵੀ ਲੱਗੀ ਹੋਈ ਹੈ ਪਾਕਿਸਤਾਨ ਦੀ। ਠੀਕ ਹੈ ਜੀ। ਹਾਂਜੀ ਸਟੈਂਪ ਤੁਸੀਂ ਦੇਖ ਸਕਦੇ ਹੋ ਜੁੱਤੀ ਦੇ ਉੱਪਰ ਲੱਗੀ ਹੋਈ ਹੈ। ਇੱਕ ਆਪਣਾ ਇਹ ਮਿਲ ਜਾਏਗਾ ਮੁਕੈਸ਼ ਵਰਕ ਦੀ ਜੁੱਤੀ, ਇਹ ਵੀ ਸਾਰਾ ਪਾਕਿਸਤਾਨ ਤੋਂ ਵਰਕ ਹੋ ਕੇ ਆਉਂਦਾ। ਇਹ ਪਿਓਰ ਕੈਮਲ ਲੈਦਰ ਦਾ, ਇਹਦੇ ਅੰਦਰ ਫੈਬ ਉਹ ਲੱਗੇ ਹੋਏ ਕੁਸ਼ਨ ਅਤੇ ਬੈਕ 'ਤੇ ਵੀ ਕੈਮਲ ਲੈਦਰ ਰਹਿਣ ਵਾਲਾ। ਠੀਕ ਹੈ। ਜੁੱਤੀ ਦੀ ਸੋਫਟਨੈਸ ਦੀ ਗੱਲ ਕਰੇ ਤਾਂ ਜੁੱਤੀ ਬਹੁਤ ਹੀ ਜ਼ਿਆਦਾ ਸੋਫਟ ਐਂਡ ਐਕਸਪੀਰੀਅਰ ਕੁਆਲਿਟੀ ਦੀ ਬਣੀ ਹੋਈ ਹੈ। ਇਹ ਦੇਖੋ ਦੇਖ ਸਕਦੇ ਹੋ ਕੁਆਲਿਟੀ ਤੁਸੀਂ ਜੁੱਤੀ ਦੀ। ਇੱਕ ਇੱਦਾਂ ਦੇ ਵਿੱਚ ਮਿਊਲ ਦੇ ਵਿੱਚ ਮਿਲ ਜਾਣਗੇ ਬ੍ਰਾਈਡਲ। ਠੀਕ ਹੈ ਜੀ। ਹੀਲ ਦੇ ਵਿੱਚ ਇਹ ਬ੍ਰਾਈਡਲ ਪੀਸ ਹੈ? ਹਾਂਜੀ ਹਾਂਜੀ। ਠੀਕ ਹੈ। ਵਿਆਹ ਸ਼ਾਦੀ ਵਾਲੇ ਪੀਸ ਨੇ ਸਰ। ਠੀਕ ਹੈ ਜੀ। ਦੇਖੋ ਸਾਰੇ ਸਾਈਜ਼ ਮਿਲ ਜਾਂਦੇ ਆ, ਸਾਈਜ਼ ਵਗੈਰਾ ਵਰਾਇਟੀ ਵਗੈਰਾ ਕਾਫੀ ਮਿਲ ਜਾਣਗੀਆਂ ਤੁਹਾਨੂੰ। ਠੀਕ ਹੈ ਜੀ। ਬਹੁਤ ਵਰਾਇਟੀ ਹੈਗੀ ਆਪਣੇ ਲਵੇ। ਇਹ ਦੇਖੋ ਇਹ ਵੀ ਬ੍ਰਾਈਡਲ ਨੇ। ਠੀਕ ਹੈ ਜੀ। ਦੇਖ ਸਕਦੇ ਹੋ ਤੁਸੀਂ ਆਪਾਂ ਜਿਵੇਂ ਇੱਥੇ ਤੁਹਾਨੂੰ ਦਿਖਾਏ ਨੇ ਹਨ ਅਲੱਗ ਅਲੱਗ ਡਿਜ਼ਾਈਨ ਨੇ, ਅਲੱਗ ਅਲੱਗ ਵਰਾਇਟੀਜ਼, ਅਤੇ ਬ੍ਰਾਈਡਲ ਪੀਸ ਵੀ ਹੈਗੇ ਨੇ ਅਤੇ ਡੇਲੀ ਵੀਅਰ ਵਾਲੇ ਵੀ ਹੈਗੇ ਨੇ। ਬਹੁਤ ਸਾਰੇ ਇੱਥੇ ਡਿਜ਼ਾਈਨ ਨੇ ਜਿਹੜੇ ਡਿਸਪਲੇ ਕੀਤੇ ਹੋਏ ਨੇ। ਇੱਕ ਥਰੈਡ ਵਰਕ ਦੇ ਵਿੱਚ ਮਿਲਦੀ ਜੀ ਹੁਣ ਦਬਕਾ ਵਰਕ ਜਿਹਨੂੰ ਕਹਿੰਦੇ। ਠੀਕ ਹੈ ਜੀ। ਜੂਟ ਫੈਬਰਿਕ ਦੇ ਉੱਤੇ ਬਹੁਤ ਸੋਹਣਾ ਵਰਕ ਕਰਕੇ। ਇੱਕ ਆਪਣਾ ਫੇਮਸ ਪਟਿਆਲਾ ਸ਼ਾਹੀ ਟਿਪੀਕਲ ਕੁਰਸਾ ਮਿਲਦੇ ਆ। ਇਹ ਦੇਖੋ ਸਾਨੂੰ ਐਡੀਸ਼ਨਲ ਐਡ ਕੀਤੇ ਹੋਏ ਨੇ, ਲਿਟਲ ਘੁੰਗਰੂ ਐਡ ਕੀਤੇ ਨੇ, ਦੋ ਲੀਵਸ ਐਡ ਕੀਤੇ ਆ, ਇੱਕ ਪੰਪਮ ਐਡ ਕੀਤਾ। ਬਹੁਤ ਸੋਹਣੀ ਕੈਮਲ ਲੈਦਰ ਦੇ ਅੰਦਰ ਜੁੱਤੀ ਬਣੀ। ਇਹ ਪਟਿਆਲੇ ਦੀ ਫੇਮਸ ਜੁੱਤੀ ਹੈ ਜੀ? ਹਾਂਜੀ, ਪਟਿਆਲਾ ਸ਼ਾਹੀ ਟਿਪੀਕਲ ਖੁਸਾ ਇਹਨੂੰ ਕਹਿੰਦੇ। ਠੀਕ ਹੈ ਜੀ। ਬਾਕੀ ਇੱਦਾਂ ਦੇ ਵਿੱਚ ਮਿਲ ਜਾਣਗੇ, ਰੂਟੀਨ ਵਰਕ ਦੇ ਜਿਵੇਂ ਮਰਜ਼ੀ ਪਾ ਸਕਦੇ ਹੋ ਤੁਸੀਂ, ਬ੍ਰਾਈਡਲ 'ਤੇ ਵੀ ਚੱਲੇਗੀ ਤੁਹਾਡੇ। ਠੀਕ ਹੈ ਜੀ। ਇਹ ਸ਼ੀਪ ਲੈਦਰ ਦੀ ਸ਼ੀਪ ਲੈਦਰ ਦੀ। ਹਾਂਜੀ। ਬਾਕੀ ਆਪਣੇ ਲਵੇ ਹੋਲਸੇਲ 'ਚ ਡੀਲ ਕਰਨਾ ਚਾਹੁੰਦੇ ਹੋ ਤੁਸੀਂ, ਹੋਲਸੇਲ ਦੇ ਵਿੱਚ ਵੀ ਡੀਲ ਕਰ ਸਕਦੇ ਹੋ। ਠੀਕ ਹੈ ਜੀ। ਆਪਣਾ ਨੰਬਰ ਅਸੀਂ ਨੀਚੇ ਦੇ ਦੇਵਾਂਗੇ ਤੁਹਾਨੂੰ। ਹਾਂਜੀ ਹਾਂਜੀ, ਕਾਰਡ ਸ਼ੋਅ ਕਰ ਦਾਂਗੇ ਨਾ ਆਪਾਂ। ਇਹਨਾਂ ਲਵੇ ਹੋਲਸੇਲ ਦਾ ਵੀ ਹੈਗਾ ਅਤੇ ਰਿਟੇਲ ਦਾ ਵੀ ਹੈਗਾ, ਹੈ ਨਾ ਜੀ? ਮੇਨ ਆਪਾਂ ਜੋ ਕੰਮ ਹੈਗਾ ਆਪਣਾ ਹੋਲਸੇਲ ਦਾ ਹੀ ਹੈਗਾ। ਦੇਖੋ ਤੁਸੀਂ ਵਰਾਇਟੀ ਦੇਖ ਸਕਦੇ ਹੋ। ਹਾਂਜੀ, ਬਹੁਤ ਸਾਰੀ ਵਰਾਇਟੀ ਇੱਥੇ ਜਿਹੜੀ ਡਿਸਪਲੇ ਕੀਤੀ ਹੋਈ ਆਪਾਂ ਤੁਹਾਨੂੰ ਸਾਰੀ ਦਿਖਾਈ ਆ, ਅਤੇ ਨੰਬਰ ਆਪਾਂ ਕੰਟੈਕਟ ਨੰਬਰ ਦੱਸ ਦਾਂਗੇ ਅਤੇ ਸ਼ੋਪ ਦਾ ਨਾਮ ਵੀ ਜਿਹੜਾ ਦੱਸ ਦਾਂਗੇ। ਇੱਕ ਆਪਣਾ ਇੰਸਟਾਗ੍ਰਾਮ 'ਤੇ ਨਿਰਮਾਨ ਪੰਜਾਬੀ ਜੁੱਤੀ ਕਰਕੇ ਪੇਜ ਵੀ ਹੈਗਾ। ਠੀਕ ਹੈ, ਫੋਲੋ ਕਰ ਲੈਣਾ। ਠੀਕ ਹੈ ਠੀਕ ਹੈ, ਇਹਨਾਂ ਦਾ ਪੇਜ ਵੀ ਹੈ, ਉਹ ਵੀ ਤੁਸੀਂ ਫੋਲੋ ਕਰ ਲਿਓ। ਅਤੇ ਜਿਹੜਾ ਆਹ ਜੁੱਤੀ ਹੈ ਜੀ, ਇਹਦੇ ਬਾਰੇ ਦੱਸਿਓ। ਬਹੁਤ ਸੋਹਣਾ ਡਿਜ਼ਾਇਨ ਹੈ। ਇਹ ਤਾਂ ਜੀ ਪ੍ਰੋਪਰ ਥਰੈਡ ਵਰਕ ਦਾ ਵਰਕ ਕੀਤਾ ਹੋਇਆ ਅਤੇ ਇਹਦੇ ਪਲਸ ਦਾ ਵਰਕ ਕੀਤਾ ਹੋਇਆ। ਠੀਕ ਹੈ। ਫੈਬਰਿਕ ਦੇ ਉੱਤੇ ਵਰਕ ਕਰ ਰੱਖੇ ਦੇਖੋ। ਠੀਕ ਹੈ ਜੀ। ਥੱਲੇ ਆਪਾਂ ਸ਼ੀਪ ਲੈਦਰ ਯੂਜ਼ ਕੀਤਾ ਹੋਇਆ। ਡਬਲ ਕੁਸ਼ਨ ਜੁੱਤੀ ਰਹਿਣ ਵਾਲੀ ਹੈ, ਪ੍ਰੋਪਰ ਪੈਰ ਦੀ ਐਕੋਰੇਸੀ ਗਰਿੱਪ ਆਏਗੀ, ਜੁੱਤੀ ਪ੍ਰੋਪਰ ਬਿਲਕੁਲ ਵੀ ਸ਼ੂ ਬਾਈਟ ਨਹੀਂ ਕਰੇਗੀ ਤੁਹਾਡੇ ਪੈਰਾਂ ਨੂੰ। ਠੀਕ ਹੈ ਜੀ। ਇਹਦੇ ਬਾਰੇ ਵੀ ਦੱਸ ਦਿਓ ਜੀ, ਆਹ ਜੁੱਤੀ ਬਾਰੇ।
ਇਹ ਦੇਖੋ ਜੀ ਪਾਕਿਸਤਾਨੀ ਪਫ ਕਢਾਈ ਦੀ ਜੁੱਤੀ ਹੈ, ਪ੍ਰੋਪਰ ਸਿਮਿਲਰ ਜਰੀ ਦਾ ਵਰਕ ਕੀਤਾ ਹੋਇਆ, ਡਬਲ ਕੁਸ਼ਨ ਜੁੱਤੀ ਰਹਿਣ ਵਾਲੀ ਹੈ। ਇਹਦੇ ਥੱਲੇ ਆਪਾਂ ਜਿਹੜਾ ਲੈਦਰ ਯੂਜ਼ ਕੀਤਾ ਉਹ ਸ਼ੀਪ ਲੈਦਰ ਯੂਜ਼ ਕੀਤਾ। ਠੀਕ ਹੈ ਜੀ। ਹਾਂ ਇਹ ਜੁੱਤੀ ਸ਼ੂ ਬਾਈਟ ਬਿਲਕੁਲ ਵੀ ਨਹੀਂ ਕਰੇਗੀ ਤੁਹਾਡੇ ਪੈਰਾਂ ਨੂੰ। ਠੀਕ ਹੈ ਜੀ। ਦੇਖ ਸਕਦੇ ਹੋ ਤੁਸੀਂ ਇੱਥੇ ਪਾਕਿਸਤਾਨੀ ਸਟਾਈਲ ਦੀਆਂ ਜੁੱਤੀਆਂ ਵੀ ਜਿਹੜੀਆਂ ਹੈਗੀਆਂ ਨੇ, ਕਿਉਂਕਿ ਪਾਕਿਸਤਾਨ ਦੀਆਂ ਜੁੱਤੀਆਂ ਵੀ ਬਹੁਤ ਮਸ਼ਹੂਰ ਨੇ ਨਾ, ਫੇਮਸ ਨੇ। ਬਹੁਤ ਸੋਹਣਾ ਡਿਜ਼ਾਇਨ ਹੈ ਇਹ ਜੁੱਤੀ ਦੇ ਉੱਪਰ ਵੀ। ਇੱਕ ਆ ਰੈੱਡ ਵਾਲੀ ਦਿਖਾਇਓ ਜੀ। ਇਹ ਦੇਖੋ ਜੀ ਰੈੱਡ ਵਾਲੀ, ਇਹ ਵਿਆਹ ਸ਼ਾਦੀ ਵਾਲੀ ਜੁੱਤੀਆਂ ਨੇ, ਸਾਰਾ ਦਬਕੇ ਦਾ ਵਰਕ ਕੀਤਾ ਹੋਇਆ। ਹਾਂਜੀ। ਇਹਦੇ ਉੱਤੇ ਨਾਲ ਗੋਲਡਨ ਪਲ ਦਾ ਵਰਕ ਕੀਤਾ ਹੋਇਆ, ਇਹਦੇ ਬੈਕ 'ਤੇ ਵੀ ਸਾਰਾ ਵਰਕ ਰਹੇਗਾ। ਇਹ ਵਿਆਹ ਸ਼ਾਦੀਆਂ ਦੀਆਂ ਜੁੱਤੀਆਂ ਨੇ ਜੀ, ਲਹਿੰਗੇ ਥੱਲੇ ਜਾਂ ਸੂਟ ਥੱਲੇ ਜਿਵੇਂ ਮਰਜ਼ੀ ਪਾ ਸਕਦੇ, ਬ੍ਰਾਈਡਲ ਪੀਸ ਆ ਗਏ। ਹਾਂਜੀ, ਬ੍ਰਾਈਡਲ ਪੀਸ ਆ ਗਏ। ਠੀਕ ਹੈ ਜੀ, ਠੀਕ ਹੈ। ਇੱਕ ਬਲੈਕ ਦੇ ਵਿੱਚ ਆਪਣੇ ਲਵੇ ਵਰਾਇਟੀ ਮਿਲ ਜਾਏਗੀ, ਕਾਫੀ ਵਰਾਇਟੀ। ਇਹ ਦੇਖੋ ਸਾਨੇ ਐਡੀਸ਼ਨਲ ਐਡ ਕੀਤੇ ਹੋਏ ਨੇ, ਪ੍ਰੋਪਰ ਹੈਂਡਮੇਡ ਸਟਿਚਿੰਗ ਨੇ ਸਾਰੀ ਉਹ ਜੁੱਤੀ ਦੇ ਉਰੇ ਵੀ, ਪ੍ਰੋਪਰ ਹੈਂਡਮੇਡ ਸਟਿਚਿੰਗ ਹੋਏਗੀ, ਜੈਨੂਅਨ ਲੈਦਰ ਦੇ ਪਿੱਛੇ ਸਟੈਂਪ ਵੀ ਲੱਗੀ ਹੋਈ ਹੈ। ਦੇਖ ਸਕਦੇ ਹੋ ਸਟੈਂਪ ਜੁੱਤੀ ਦੇ ਪਿੱਛੇ ਲੱਗੀ ਹੋਈ ਹੈ, ਜੈਨੂਅਨ ਲੈਦਰ ਦੀ। ਇਹ ਡਬਲ ਕੁਸ਼ਨ ਜੁੱਤੀ ਰਹਿਣ ਵਾਲੀ। ਅੱਛਾ ਜੀ। ਹਾਂਜੀ, ਠੀਕ। ਕੁਆਲਿਟੀ ਬਹੁਤ ਸੋਹਣੀ ਹੈ ਜੁੱਤੀਆਂ ਦੀ, ਤੁਸੀਂ ਦੇਖ ਸਕਦੇ ਹੋ ਜਿਵੇਂ। ਇਹ ਸਾਰੀ ਆਰੀ ਕਢਾਈ ਦੀ ਜੁੱਤੀ ਹੈ ਜੀ। ਠੀਕ ਹੈ ਜੀ। ਇਹ ਸਾਰਾ ਆਰੀ ਕਢਾਈ ਦੇ ਵਰਕ ਕੀਤਾ ਹੋਇਆ। ਠੀਕ ਹੈ ਜੀ। ਦੇਖ ਸਕਦੇ ਹੋ ਆਹ ਜੁੱਤੀ ਹੈ ਜਿਹੜੀ ਹੁਣ ਤੁਹਾਨੂੰ ਦਿਖਾਈ ਆ, ਆਰੀ ਕਢਾਈ ਦਾ ਇਹਦੇ 'ਤੇ ਵਰਕ ਆ ਜਿਹੜਾ ਹੋਇਆ ਹੋਇਆ। ਲਓ ਜੀ, ਇੱਕ ਬ੍ਰਾਈਡਲ ਕੀਲ ਦੇ ਵਿੱਚ ਮਿਊਲ ਮਿਲ ਜਾਏਗਾ ਤੁਹਾਨੂੰ, ਗੋਲਡਨ ਕਲਰ ਦਾ ਵਰਕ ਕੀਤਾ ਹੋਇਆ। ਠੀਕ ਹੈ। ਇਹ ਸਾਰਾ ਕੱਟਦਾਣਾ ਦਾ ਯੂਜ਼ ਕੀਤਾ ਹੋਇਆ ਅਤੇ ਨਾਲ ਦਬਕੇ ਦਾ ਯੂਜ਼ ਕੀਤਾ ਹੋਇਆ। ਠੀਕ ਹੈ ਜੀ। ਹਾਂਜੀ, ਇਹਦੇ ਸਾਈਜ਼ ਵਗੈਰਾ ਤੁਹਾਨੂੰ ਸਾਰੇ ਮਿਲ ਜਾਣਗੇ, ਇਹਦੇ ਬੈਕ 'ਤੇ ਵੀ ਬਹੁਤ ਸੋਹਣਾ ਵਰਕ ਕੀਤਾ। ਇਹ ਆਪਾਂ ਇਹਦੇ ਅੰਦਰ 6 mm ਦਾ ਕੁਸ਼ਨ ਯੂਜ਼ ਕੀਤਾ ਹੋਇਆ, ਦੇਖੋ ਤੁਸੀਂ। ਠੀਕ ਹੈ ਜੀ। ਜੁੱਤੀ ਜਿਹੜਾ ਹੈਗਾ ਮਿਊਲ, ਸ਼ੂ ਬਾਈਟ ਬਿਲਕੁਲ ਵੀ ਨਹੀਂ ਕਰੇਗਾ। ਨਾਲੇ ਥੱਲੇ ਆਪਾਂ ਨੋਨ ਸਲਿੱਪ ਲਈ ਸੋਲ ਲਾ ਕੇ ਦੇਖੋ, ਲੱਗੇ ਵੀ ਨੋਨ ਸਲਿੱਪ ਨੀਚੇ ਲੱਗਿਆ ਹੋਇਆ, ਦੇਖੋ ਨੋਨ ਸਲਿੱਪ, ਪ੍ਰੋਪਰ ਮੈਟਰੋ ਸੋਲ ਹੈ। ਇੱਥੇ ਹੀਲ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀਆਂ ਵਰਾਇਟੀਜ਼ ਮਿਲ ਜਾਣਗੀਆਂ। ਹੀਲ ਦੇ ਵਿੱਚ ਤਾਂ ਆਪਣੇ ਲਵੇ ਕਾਫੀ ਵਰਾਇਟੀਆਂ ਨੇ, ਦੇਖੋ ਇਹ ਵੀ ਸਾਰੀ ਵਰਾਇਟੀ ਹੈ ਹੀਲ ਦੇ ਵਿੱਚ ਮਿਲ ਜਾਂਦੀ। ਇਹ ਹੀਲ ਦੇ ਵਿੱਚ ਨੇ ਸਾਰੀਆਂ? ਸਾਰੀ ਵੀ ਹੀਲ ਦੇ ਵਿੱਚ ਨੇ। ਇਹ ਦੇਖੋ ਪਾਕਿਸਤਾਨੀ ਸੈਂਡਲ ਵੀ ਮਿਲ ਜਾਏਗੀ ਇੱਦਾਂ ਦੇ, ਇਹਨੂੰ ਆਪਾਂ ਲੂਜ਼ ਵੀ ਕਰ ਸਕਦੇ ਹਾਂ, ਟਾਈਟ ਵੀ ਕਰ ਸਕਦੇ। ਇਹਦੇ ਬੈਕ 'ਤੇ ਵੀ ਵਰਕ ਰਹੇਗਾ, ਹੀਲ ਦੇ ਉੱਤੇ ਵੀ ਵਰਕ ਰਹੇਗਾ, ਅਪਰ 'ਤੇ ਵੀ ਵਰਕ ਰਹੇਗਾ। ਠੀਕ ਹੈ ਜੀ। ਸਾਰੇ ਪਾਕਿਸਤਾਨੀ ਸਟਾਈਲ ਨੇ? ਹਾਂਜੀ, ਇਹ ਸਾਰੇ ਪਾਕਿਸਤਾਨੀ ਸਟਾਈਲ ਨੇ। ਠੀਕ ਹੈ ਜੀ। ਇਹਨਾਂ ਵਿੱਚ ਵੀ ਆਪਣੇ ਲਵੇ ਕਾਫੀ ਸਟੋਕ ਹੈਗਾ। ਔਰ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਸਾਰੇ ਕਲਰ ਨੇ, ਹੈ ਨਾ, ਗ੍ਰੀਨ ਕਲਰ ਆ ਗਿਆ, ਜਿਵੇਂ ਪਿੰਕ ਆ ਗਿਆ, ਹੈ ਨਾ, ਬਹੁਤ ਆਪਸ਼ਨਸ ਹੈਗੀਆਂ ਨੇ ਇੱਥੇ। ਇਹ ਸਾਰੀਆਂ ਹੀਲਸ ਦੇ ਵਿੱਚ ਨੇ। ਹੋਰ ਕਿਹੜੀਆਂ ਕਿਹੜੀਆਂ ਵਰਾਇਟੀਜ਼ ਹੁੰਦੀਆਂ ਨੇ ਤੁਹਾਡੇ ਕੋਲ? ਹੋਰ ਆਪਣੇ ਲਵੇ ਹੀਲ ਦੇ ਵਿੱਚ ਇੱਕ ਹੋਰ ਵਰਾਇਟੀ ਮਿਲ ਜਾਂਦੀ, ਕੁਸ਼ਨ ਦੇ ਰੱਖਿਆ। ਇਹ ਸ਼ੂ ਬਾਈਟ ਤਾਂ ਬਿਲਕੁਲ ਨਹੀਂ ਕਰੇਗੀ, ਨਾ ਪ੍ਰੋਪਰ ਪੈਰਾਂ ਨੂੰ ਐਕੋਰੇਸੀ ਗ੍ਰਿਪ ਆਏਗੀ। ਠੀਕ ਹੈ ਜੀ। ਇੱਕ ਆਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ, ਇਹ ਡੇਲੀ ਵੀਅਰ ਵਾਸਤੇ ਆ, ਨੋਰਮਲ ਡਿਜ਼ਾਈਨ ਆ, ਇਹਨਾਂ 'ਤੇ ਕੋਈ ਜ਼ਿਆਦਾ ਹੈਵੀ ਵਰਕ ਨਹੀਂ ਹੈਗਾ। ਇਹ ਸਾਰੀਆਂ ਜਿਹੜੀਆਂ ਆਪਾਂ ਦੇਖੇ ਨੇ ਡਿਜ਼ਾਈਨ, ਇਹ ਸਾਰੇ ਨੋਰਮਲ ਵੀਅਰ, ਡੇਲੀ ਵੀਅਰ ਵਾਲੀਆਂ ਨੇ ਸਾਰੀਆਂ। ਆਹ ਸ਼ੋਪ ਦਾ ਕਾਰਡ ਹੈ,
ਤੇ ਨਿਰਵਾਨ ਪੰਜਾਬੀ ਜੁੱਤੀ ਸਟੋਰ ਤੇ ਉੱਪਰ ਇਹਦੇ ਤੇ ਕੰਟੈਕਟ ਨੰਬਰ ਵੀ ਹੈਗਾ, ਤੁਸੀਂ ਕੰਟੈਕਟ ਕਰ ਸਕਦੇ ਹੋ। ਇਥੋਂ ਕੋਈ ਵੀ ਜੁੱਤੀ ਤੁਹਾਨੂੰ ਪਸੰਦ ਆਉਂਦੀ ਹੈ ਨਾ ਵੀਡੀਓ ਦੇਖ ਕੇ, ਤਾਂ ਇਹਨਾਂ ਨੂੰ ਉੱਪਰ ਨੰਬਰਾਂ ਤੇ ਕਾਲ ਕਰ ਸਕਦੇ ਹੋ। ਲਓ ਜੀ, ਤੇ WhatsApp ਵੀ ਇਹਨਾਂ ਨੰਬਰਾਂ ਤੇ ਚੱਲਦਾ ਬਾਈ? ਹਾਂਜੀ WhatsApp, ਠੀਕ ਹੈ, ਇਹਨਾਂ ਨੰਬਰਾਂ ਤੇ WhatsApp ਵੀ ਚੱਲਦਾ। ਜੇ ਕੋਈ ਪਸੰਦ ਆਉਂਦੀ ਹੈ ਜੁੱਤੀ ਦਾ, ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਉਹਦਾ ਪ੍ਰਾਈਜ਼ ਪਤਾ ਕਰ ਸਕਦੇ ਹੋ। ਇੱਥੇ ਹਰੇਕ ਤਰੀਕੇ ਦੀਆਂ ਜੁੱਤੀਆਂ ਮਿਲ ਜਾਣਗੀਆਂ ਤੁਹਾਨੂੰ, ਘੱਟ ਪ੍ਰਾਈਜ਼ ਵਾਲੀਆਂ ਵੀ, ਉਹ ਤੁਹਾਡੇ ਅਕੋਰਡਿੰਗ ਹੈ, ਵੱਧ ਪ੍ਰਾਈਜ਼ ਵਾਲੀਆਂ ਵੀ, ਕਿਸ ਤਰ੍ਹਾਂ ਦੀ ਜੁੱਤੀਆਂ ਤੁਹਾਨੂੰ ਪਸੰਦ ਆਉਂਦੀਆਂ ਨੇ। ਇੱਥੋਂ ਤੁਸੀਂ ਸਾਰੇ ਡਿਜ਼ਾਈਨ ਦੇਖ ਸਕਦੇ ਹੋ, ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦਿੱਤਾ। ਆਹ ਜੁੱਤੀ ਸਿਲੈਕਟ ਕੀਤੀ ਹੈ, ਆਹ ਲੈ ਕੇ ਜਾਣੀ ਆ ਆਪਾਂ ਪੈਣ ਉਹਨੀਆਂ ਵਾਸਤੇ, ਅਤੇ ਐਵੇਂ ਦਾ ਇਹਦੇ ਡਿਜ਼ਾਈਨ ਆ, ਦੇਖ ਸਕਦੇ ਹੋ ਤੁਸੀਂ ਸਾਰਾ। ਅਤੇ ਇੱਥੇ ਤੁਹਾਨੂੰ ਜੈਂਟਸ ਦੇ ਲਈ ਵੀ ਜੁੱਤੀਆਂ ਜਿਹੜੀਆਂ ਮਿਲ ਜਾਣਗੀਆਂ। ਆਹ ਕੁਛ ਆਪਾਂ ਆਰਟੀਕਲ ਤੁਹਾਨੂੰ ਦਿਖਾਉਂਦੇ ਹਾਂ, ਇਸ ਤਰ੍ਹਾਂ ਦੇ ਡਿਜ਼ਾਈਨਸ ਇੱਥੇ ਮਿਲ ਜਾਣਗੇ। ਇਹ ਸਾਰਾ ਜਿਹੜਾ ਵਰਕ ਹੋਇਆ ਹੋਇਆ, ਇਹ ਹੈਂਡ ਵਰਕ ਹੈ ਜੀ ਇਹਨਾਂ ਦੇ? ਹਾਂਜੀ, ਸਾਰਾ ਹੱਥ ਦਾ ਵਰਕ ਕੀਤਾ ਹੋਇਆ। ਇਹ ਜੁੱਤੀਆਂ 'ਤੇ ਵੀ ਸਾਰਾ ਹੈਂਡ ਵਰਕ ਹੋਇਆ ਹੋਇਆ, ਹੱਥ ਦਾ ਜਿਹੜਾ ਵਰਕ ਕੀਤਾ ਹੋਇਆ, ਦੇਖ ਸਕਦੇ ਹੋ ਤੁਸੀਂ। ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਵਰਾਇਟੀਆਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ, ਹੈ ਨਾ, ਸਾਰੀਆਂ ਡਿਸਪਲੇ ਕੀਤੀਆਂ ਹੋਈਆਂ ਨੇ। ਆ ਜਿਵੇਂ ਕੁਛ ਇੱਥੇ ਹੀਲ ਦੇ ਵਿੱਚ ਹੈਗੀਆਂ ਨੇ, ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਸਾਰੀਆਂ ਡਿਸਪਲੇ ਕੀਤੀਆਂ ਹੋਈਆਂ ਨੇ। ਅਲੱਗ ਅਲੱਗ ਡਿਜ਼ਾਇਨ ਨੇ ਸਾਰੇ ਪੰਜਾਬੀ ਜੁੱਤੀਆਂ ਦੇ, ਤੁਸੀਂ ਦੇਖ ਸਕਦੇ ਹੋ ਇੱਥੇ ਡਿਫਰੈਂਟ ਡਿਫਰੈਂਟ ਕਲਰ, ਅਲੱਗ ਅਲੱਗ ਤਰੀਕੇ ਦੇ ਡਿਜ਼ਾਇਨ। ਬਹੁਤ ਕੁਆਂਟਿਟੀ ਹੈ ਇੱਥੇ ਜੁੱਤੀਆਂ ਦੀ। ਪੰਜਾਬੀ ਜੁੱਤੀਆਂ ਵਾਲੀ ਸ਼ੋਪ ਤੋਂ ਆਪਾਂ ਆ ਗਏ, ਅਤੇ ਆਹ ਸਾਰੀ ਪਟਿਆਲੇ ਦੀ ਮਾਰਕੀਟ ਹੈ। ਇੱਥੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਪੰਜਾਬੀ ਜੁੱਤੀ ਵਾਲੀਆਂ, ਸੂਟਾਂ ਵਾਲੀਆਂ, ਫੁਲਕਾਰੀ ਵਾਲੀਆਂ, ਹੈ ਨਾ, ਬਹੁਤ ਵੱਡੀ ਮਾਰਕੀਟ ਹੈ ਇਹ ਅਦਾਲਤ ਬਾਜ਼ਾਰ ਪਟਿਆਲੇ ਦਾ। ਜਿਵੇਂ ਆਪਾਂ ਤੁਹਾਨੂੰ ਪੰਜਾਬੀ ਜੁੱਤੀਆਂ ਦਿਖਾਈਆਂ ਨੇ, ਉਸੇ ਤਰ੍ਹਾਂ ਇੱਥੇ ਫੁਲਕਾਰੀ ਵਾਲੀਆਂ, ਸੂਟਾਂ ਵਾਲੀਆਂ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ, ਅਦਾਲਤ ਬਾਜ਼ਾਰ ਦੇ ਵਿੱਚ। ਆ ਤੁਸੀਂ ਇੱਥੇ ਕੁਛ ਸੂਟਾਂ ਵਾਲੀਆਂ ਦੁਕਾਨਾਂ ਵੀ ਦੇਖ ਸਕਦੇ ਹੋ, ਹੈ ਨਾ। ਲਓ ਜੀ, ਸੂਟ ਬਾਹਰ ਡਿਸਪਲੇ ਕੀਤੇ ਹੋਏ ਨੇ। ਆ ਸਾਹਮਣੇ ਕਾਰ ਪਾਰਕਿੰਗ ਆ ਗਈ, ਅਤੇ ਪਾਰਕਿੰਗ ਦੇ ਨਾਲ ਇਹ ਸਾਰੀਆਂ ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਨੇ, ਸੂਟਾਂ ਵਾਲੀਆਂ ਦੁਕਾਨਾਂ ਨੇ। ਆ ਤੁਸੀਂ ਕੱਪੜੇ ਦੇਖ ਸਕਦੇ ਹੋ ਇੱਥੇ ਲਾਏ ਹੋਏ ਬਾਹਰ, ਅਤੇ ਮਾਰਕੀਟ ਦੇ ਆਪਾਂ ਅੰਦਰ ਐਂਟਰ ਹੋ ਗਏ। ਇੱਥੇ ਦੇਖ ਸਕਦੇ ਹੋ ਤੁਸੀਂ ਸ਼ੋਪਸ, ਆ ਦੁਪੱਟੇ, ਹੈ ਨਾ, ਸੂਟ ਸਾਰੇ ਜਿਹੜੇ ਬਾਹਰ ਡਿਸਪਲੇ ਕੀਤੇ ਹੋਏ ਨੇ। ਅਤੇ ਇਹ ਸਾਈਡ ਵੀ ਅੰਦਰ ਆ ਕੇ ਵੀ ਪੰਜਾਬੀ ਜੁੱਤੀਆਂ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਨੇ, ਅਤੇ ਬਾਹਰਲੀ ਸਾਈਡ ਵੀ ਪੰਜਾਬੀ ਜੁੱਤੀਆਂ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਨੇ।
ਆ ਸਾਰੀ ਮਾਰਕੀਟ ਹੈ ਅਦਾਲਤ ਬਾਜ਼ਾਰ ਲਓ ਜੀ ਬਹੁਤ ਵੱਡੀ ਮਾਰਕੀਟ ਹੈ ਇਹ ਪਟਿਆਲਾ ਸ਼ਹਿਰ ਕੱਪੜਿਆਂ ਦੇ ਲਈ ਬਹੁਤ ਮਸ਼ਹੂਰ ਹੈ ਫੁਲਕਾਰੀਆਂ ਬਹੁਤ ਮਸ਼ਹੂਰ ਨੇ ਸ਼ਹਿਰ ਪਟਿਆਲੇ ਦੀਆਂ ਜੁੱਤੀ ਵੀ ਬਹੁਤ ਮਸ਼ਹੂਰ ਹੈ ਤਾਂ ਹੀ ਆਪਾਂ ਅੱਜ ਸਪੈਸ਼ਲ ਜੁੱਤੀਆਂ ਵਾਲੀ ਵੀਡੀਓ ਬਣਾਈ ਹੈ ਮੈਂ ਕਿਹਾ ਚੱਲ ਅੱਜ ਪਟਿਆਲੇ ਆਉਣਾ ਸੀਗਾ ਕਿਤੇ ਸਪੈਸ਼ਲ ਜੁੱਤੀਆਂ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਤੇ ਇੱਥੇ ਵੀ ਕੁਛ ਹੈਗੀਆਂ ਨੇ ਪੰਜਾਬੀ ਜੁੱਤੀਆਂ ਵਾਲੀਆਂ ਸ਼ੋਪਸ ਲਓ ਜੀ ਇਸ ਤਰ੍ਹਾਂ ਦੇ ਵੱਡੇ ਵੱਡੇ ਸਟੋਰ ਤੁਹਾਨੂੰ ਇੱਥੇ ਮਿਲ ਜਾਣਗੇ ਬਾਕੀ ਸਾਰਾ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਦਿਖਾਇਆ ਹੀ ਆ ਜਿਹੜੀ ਸ਼ੋਪ 'ਤੇ ਆਪਾਂ ਗਏ ਸੀਗੇ ਆ ਕੁਛ ਕੱਪੜੇ ਵਾਲੀਆਂ ਆ ਗਈਆਂ ਦੁਕਾਨਾਂ ਇੱਥੇ ਮਾਰਕੀਟ ਦੇ ਵਿੱਚ ਮੇਨ ਕੱਪੜਿਆਂ ਦੀ ਮਾਰਕੀਟ ਜ਼ਿਆਦਾ ਫੇਮਸ ਜਿਹੜੀ ਪਟਿਆਲੇ ਦੇ ਵਿੱਚ ਇਹੀ ਆ ਅਦਾਲਤ ਬਾਜ਼ਾਰ ਪਟਿਆਲੇ ਦਾ ਇੱਧਰ ਹੋਰ ਸਾਰੀਆਂ ਦੁਕਾਨਾਂ ਪਰਸ ਹੋ ਗਏ ਜਿਵੇਂ ਕੁਛ ਜਵੈਲਰੀ ਸ਼ੋਪਸ ਹੈ ਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਮਾਰਕੀਟ ਦੇ ਵਿੱਚ ਇੱਧਰ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕੁਛ ਜਵੈਲਰੀ ਸ਼ੋਪਸ ਹੈਗੀਆਂ ਨੇ ਲਓ ਜੀ ਬਹੁਤ ਵੱਡੀ ਮਾਰਕੀਟ ਹੈ ਇਹ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਵਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ